ਹੁਣ ਰਾਜਾ ਫਰਿੰਗ ਨੇ ਘੇਰੀ ਕੇਂਦਰ ਸਰਕਾਰ ਕੇਂਦਰ ਸਰਕਾਰ ਨੂੰ ਕਹਿ ਦਿੱਤੀਆਂ ਨੇ ਉਫੜੀਆਂ ਗੱਲਾਂ ਨਾਲ ਹੀ ਵਿਰੋਧੀ ਧਿਰ ਦੀ ਮੀਟਿੰਗ ਦੇ ਬਾਰੇ ਕਹੀਆ ਇਹ ਫਰਟੀਕਲ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਵੀਡੀਓ ਦੇ ਅਖੀਰ ਤੱਕ ਜਰੂਰ ਬਨੇ ਰਹੋ ਕਿਉਂਕਿ ਇੱਕ ਵਾਰ ਫਿਰ ਤੋਂ ਲੈ ਕੇ ਹਾਸਰਾਂ ਤੁਹਾਡੇ ਲਈ ਫਰਟੀ ਜਾਣਕਾਰੀ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਐਂਡੀਆ ਨੂੰ ਟੱਕਰ ਦੇਣ ਦੇ ਲਈ 26 ਵਿਰੋਧੀ ਪਾਰਟੀਆਂ ਦੇ ਹੱਥ ਮਿਲਾਉਣ ਤੋਂ ਇੱਕ ਦਿਨ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਫੜਿੰਗ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਸੂਬੇ ਦੇ ਵਿੱਚ ਜਨਤਕ ਮੁੱਦਿਆਂ ਤੇ ਸਤਾਧਾਰੀ ਆਪ ਦੇ ਵਿਰੁੱਧ ਲੜਾਈ ਜਿਹੜੀ ਚਾਰੀ ਰੱਖੇਗੀ ਕਾਂਗਰਸ ਅਤੇ ਆਪ ਉਹਨਾਂ 26 ਪਾਰਟੀਆਂ ਦੇ ਵਿੱਚੋਂ ਇੱਕ ਹੈ ਜੋ ਵਿਰੋਧੀ ਗੱਠ ਜੋੜ ਦਾ ਹਿੱਸਾ ਹੈ ਅਤੇ ਭਾਰਤੀ ਰਾਸ਼ਟਰੀ ਵਿਕਾਸ ਸਮਲਿਤ ਗੱਠ ਜੋੜ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਫਲੋ ਵਿਰੋਧੀ ਧੜੇ ਨੂੰ ਆਪ ਦੇ ਨਾਲ ਜੋੜਨ ਨੂੰ ਲੈ ਕੇ ਕਾਂਗਰਸ ਨੂੰ ਨਿਸ਼ਾਨਾ ਬਣਾਇਆ ਗਿਆ ਉਹਨਾਂ ਦਾਵਾ ਕੀਤਾ ਹੈ ਕਿ ਕਾਂਗਰਸ ਅਤੇ ਆਪ ਨੇ ਇੱਕ ਸਮਝੌਤਾ ਕੀਤਾ ਹੈ ਅਤੇ ਵਰਟੀ ਪ੍ਰਾਣੀ ਪਾਰਟੀ ਨੂੰ ਹੁਣ ਪੰਜਾਬ ਦੇ ਵਿੱਚੋਂ ਸਰਕਾਰੀ ਪਾਰਟੀ ਕਿਹਾ ਜਾਣਾ ਚਾਹੀਦਾ ਹੈ ਅਕਾਲੀ ਦਲ ਨੇ ਤਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਵੀ ਪੱਤਰ ਲਿਖਿਆ ਅਤੇ ਕਿਹਾ ਕਿ ਕਾਂਗਰਸ ਦੀ ਮੈਂਬਰਾਂ ਇਹ ਸਿਤਾ ਖਜ਼ਾਨਾ ਬਚਾਂ ਤੇ ਤਬਦੀਲ ਕੀਤੀਆਂ ਜਾਣ। ਅਕਾਲੀ ਦਲ ਨੇ ਆਪ ਕਾਂਗਰਸ ਦੀ ਮਿਲੀ ਭੁਗਤ ਨੂੰ ਅਪਵਿੱਤਰ ਵਿਆਹ ਕਰਾ ਦਿੱਤਾ ਹੈ। ਕਾਂਗਰਸ ਦੇ ਵੱਲੋਂ ਦਿੱਲੀ ਦੇ ਵਿੱਚ ਪ੍ਰਸ਼ਾਸਨਿਕ ਸੇਵਾਵਾਂ ਦੇ ਨਿਯੰਤਰਣ ਦੇ ਬਾਰੇ ਕੇਂਦਰ ਦੇ ਆਰਡੀਨੈਂਸ ਦਾ ਵਿਰੋਧ ਕਰਨ ਦੇ ਫੈਸਲੇ ਦਾ ਐਲਾਨ ਕਰਨ ਤੋਂ ਬਾਅਦ ਆਪ ਨੇ ਬੈਂਗਲੌਰੂ ਦੇ ਵਿੱਚ ਵਿਰੋਧੀ ਪਾਰਟੀਆਂ ਦੀ ਮੀਟਿੰਗ ਦੇ ਵਿੱਚ ਹਿੱਸਾ ਲਿਆ। ਤੋਂ ਗੱਲਬਾਤ ਕਰਦਿਆਂ ਰਾਜਾ ਫਰਿੰਗ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਸੰਵਿਧਾਨਿਕ ਕਦਰਾਂ-ਕੀਮਤਾਂ ਦੀ ਰਾਖੀ ਅਤੇ ਲੋਕਤੰਤਵ ਨੂੰ ਬਚਾਉਣ ਦੇ ਲਈ ਲੜਾਈ ਲੜਿਆ। ਵਿਰੋਧੀ ਭਾਜਪਾ ਦਾ ਜ਼ਿਕਰ ਕਰਦੇ ਹੋਏ ਉਸਨੇ ਕਿਹਾ ਕਿ ਕਈ ਵਿਰੋਧੀ ਪਾਰਟੀਆਂ ਜੋ ਭਾਜਪਾ ਅਤੇ ਆਰਐਸਐਸਸੀ ਵਿਚਾਰਧਾਰਾ ਤੇ ਫਿਰੂਤ ਨੇ ਅਤੇ ਉਹਨਾਂ ਨੇ ਹੱਥ ਮਿਲਾਇਆ ਪਰ ਤੁਸੀਂ ਮੀਡੀਆ ਇਸ ਨੂੰ ਅਜੀਹਾ ਰੰਗ ਦਿੰਦੇ ਹੋ ਕਿ ਰਾਜਨੀਤਿਕ ਗੱਟਚੋੜ ਪਨਾਇਆ ਗਿਆ ਅਜੇ ਤੱਕ ਜੀ ਕੋਈ ਚਰਚਾ ਨਹੀਂ ਹੋਈ ਹੈ ਅਸੀਂ ਪੰਜਾਬ ਦੇ ਵਿੱਚ ਮੁੱਖ ਵਿਰੋਧੀ ਪਾਰਟੀਆਂ ਹਾਂ ਕਾਂਗਰਸ ਨੇ ਇੱਕ ਸਵਾਲ ਦੇ ਜਵਾਬ ਦੇ ਵਿੱਚ ਕਿਹਾ ਜੇਕਰ ਰਾਜਾਂ ਦੇ ਵਿੱਚ ਅਜਿਹਾ ਕੋਈ ਮੁੱਦਾ ਆਉਂਦਾ ਹੈ ਤਾਂ ਪਾਰਟੀ ਜਾਂ ਫਿਰ ਹਾਈ ਕਮਾਂਡ ਰਾਜ ਇਕਾਈਆਂ ਦੇ ਨਾਲ ਸਲਾਹ ਕਰਨਗੇ ਅਤੇ ਫਿਰ ਫੈਸਲਾ ਲਿਆ ਜਾਵੇਗਾ ਰਾਜਾ ਵਿੰਗ ਨੇ ਇਸ ਮੌਕੇ ਤੇ ਇਹ ਵੀ ਕਿਹਾ ਕਿ ਕੋ ਕਾਂਗਰਸ ਪੰਜਾਬ ਦੇ ਵਿੱਚ ਨਸ਼ਾ ਖੋਰੀ ਅਤੇ ਹੜ੍ਹ ਫਰਕੇ ਕਈ ਮੁੱਦਿਆਂ ਤੇ ਆਪਦੀ ਵਿਰੁੱਧ ਲੜ ਰਹੀ ਹੈ। ਉਹਨਾਂ ਕਿਹਾ ਅਸੀਂ ਪੰਜਾਬ ਟੀ ਵਿੱਚ ਮੁੱਖ ਵਿਰੋਧੀ ਪਾਰਟੀਆਂ। ਅਸੀਂ ਜਨਤਕ ਮੁੱਦਿਆਂ ਤੇ ਆਪ ਸਰਕਾਰ ਤੇ ਵਿਰੁੱਧ ਲੜਾਈ ਜੜੀ ਜਾਰੀ ਰੱਖਾਂਗੇ। ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਵੀ ਕਹਿ ਕੇ ਸੂਬਾ ਇਕਾਈ ਦੇ ਸੀਨੀਅਰ ਅਗੂਆਂ ਨੇ ਹੜ੍ਹ ਪੀੜਤਾਂ ਨੂੰ ਮੁਆਵਜ਼ੇ ਸਮੇਤ ਸੂਬੇ ਦੇ ਨਾਲ ਸੰਬੰਧਿਤ ਹੋਰ ਅਹਿਮ ਮੁੱਦਿਆਂ ਤੇ ਵਿਸਤਾਰਪੂਰਵਕ ਚਰਚਾ ਕੀਤੀ। ਉਹਨਾਂ ਕਿਹਾ ਅਸੀਂ ਇਸ ਗਲਤ ਗਲਤ ਚਰਚਾ ਕੀਤੀ ਆ ਕਿ ਕਿਵੇਂ ਸੂਬਾ ਸਰਕਾਰ ਅਤੇ ਕੇਂਦਰ ਤੇ ਪ੍ਰਭਾਵਿਤ ਲੋਕਾਂ ਦੇ ਮੂੜ ਵਸੇਬੇ ਦੇ ਰੀਲੋਡਿੰਗ ਤੇ ਫੰਡ ਅਲਾਟ ਕਰਨ ਅਤੇ ਉਹਨਾਂ ਲੋਕਾਂ ਨੂੰ ਮੁਆਵਜ਼ਾ ਦੇਣ ਦੇ ਲਈ ਦਫਾ ਪਾਇਆ ਜਾਵੇ ਜਿਸਨੇ ਕੁਦਰਤੀ ਆਫਤ ਦੇ ਵਿੱਚ ਆਪਣੇ ਘਰਾਂ ਅਤੇ ਪਸ਼ੂਆਂ ਅਜੀਜ਼ਾਂ ਨੂੰ ਗਵਾ ਦਿੱਤਾ। ਸੋ ਦੇਖਣਾ ਹੋਵੇਗਾ ਵਿਰੋਧੀ ਪਾਰਟੀਆਂ ਹੁਣ ਰਾਜਾ ਵੜਿੰਗ ਤੇ ਇਸ ਬਿਆਨ ਨੂੰ ਕਿਵੇਂ ਦੇਖਦੀਆਂ ਨੇ। ਸੋ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰੋ। ਬਣੇ ਰੋ ਸਾਡੇ ਚੈਨਲ ਦੇ ਨਾਲ। ਧੰਨਵਾਦ।